ਫੁੱਟਪਾਥਾਂ 'ਤੇ ਵੀ ਸੌਣ ਦੀ ਜਾ ਨਹੀਂ ਅਨਹੋਇਆਂ ਜੋਗੀ, ਰੱਬ ਦੇ ਘਰ ਵੀ ਇੱਕੋ ਮੰਜੀ, ਉਹ ਵੀ ਮੋਇਆਂ ਜੋਗੀ। ਦਿਲ ਟੁੱਟੇ ਆਸ਼ਿਕਾਂ ਦੀ ਮਹਿਫਿਲ ਵਿੱਚ ਆ ਕੇ ਕਦੇ ਤੂੰ ਹੈਲੋ ਮੇਰੇ ਗੱਭਰੂ ਚਸਕੋਰੀਓ ਅਤੇ ਸੋਹਣੀਆਂ ਸੁਨੱਖੀਆਂ ਚਸਕੋਰੀਓ, ਕੀ ਹਾਲ ਹੈ ਤੁਹਾਡਾ? ਮੈਂ ਬਿਲਕੁਲ ਠੀਕ ਠਾਕ, ਤੁਹਾਨੂੰ ਉਮੀਦ ਕਰਨਾ ਤੁਸੀਂ ਬਿਲਕੁਲ ਠੀਕ ਠਾਕ ਅਤੇ ਮਜ਼ੇ ਵਿੱਚ ਜ਼ਿੰਦਗੀ ਗੁਜ਼ਾਰੇ ਹੋਵੋਦੇ। ਜੀ ਬਿਲਕੁਲ, ਮੈਨੂੰ ਪਤਾ ਹੈ ਕਿ ਅੱਜ ਸਤਿੰਦਰ ਸਰਤਾਜ ਜੀ ਦਾ ਨਵਾਂ ਗਾਣਾ ਆ ਚੁੱਕਿਆ। ਸੁਬਾਹ ਦੇ ਮੈਨੂੰ ਕਾਫੀ ਮੈਸੇਜ ਮਿਲ ਚੁੱਕੇ ਨੇ ਦੋਸਤਾਂ ਦੇ, ਜਿਹੜੇ ਕਹਿ ਰਹੇ ਨੇ ਕਿ ਭਾਅ ਜੀ ਰਿਐਕਸ਼ਨ ਕਿੱਥੇ ਆ? ਰਿਐਕਸ਼ਨ ਬਿਲਕੁਲ ਆ ਗਿਆ, ਮੈਂ ਹੁਣ ਹੀ ਕੰਮ ਤੋਂ ਵਾਪਸ ਆਇਆ, ਕੱਪੜੇ ਵੀ ਚੇਂਜ ਨਹੀਂ ਕੀਤੇ, ਪਹਿਲਾਂ ਤੁਹਾਡੇ ਵਾਸਤੇ ਰਿਐਕਸ਼ਨ। ਸਤਿੰਦਰ ਸਰਤਾਜ ਜੀ ਦਾ ਇਹ ਗਾਣਾ ਜਿਹੜਾ, ਇਹਦਾ ਨਾਂ ਹੈ ਹਮਾਇਤ। ਹਮਾਇਤ ਉਰਦੂ ਦਾ ਲਫ਼ਜ਼, ਜਿਹਦਾ ਮਤਲਬ ਹੈ ਕਿ ਸਪੋਰਟ ਕਰਨਾ, ਹੈਲਪ ਕਰਨਾ, ਮਦਦ ਕਰਨਾ। ਮੈਂ ਗਾਣਾ ਹਾਲੇ ਤੱਕ ਸੁਣਿਆ ਨਹੀਂ, ਮਿਲ ਕੇ ਅਸੀਂ ਸੁਣਾਂਗੇ ਐਜ਼ ਯੂਜ਼ੁਅਲ। ਮਤਲਬ ਸਤਿੰਦਰ ਸਰਤਾਜ ਜੀ ਦਾ ਗਾਣਾ ਤਾਂ ਐਕਸਪੈਕਟੇਸ਼ਨ ਤਾਂ ਹਮੇਸ਼ਾ ਜਿਸ ਤਰ੍ਹਾਂ ਉੱਪਰ ਹੁੰਦੀਆਂ ਨੇ ਉਹ ਉੱਥੇ ਹੀ ਨੇ। ਸ਼ਾਇਰੀ ਵੀ ਕਮਾਲ ਦੀ ਹੋਏਗੀ, ਮਿਊਜ਼ਿਕ ਵੀ ਹੋਏਗਾ ਕਮਾਲ ਦਾ, ਅਤੇ ਜ਼ਾਹਿਰ ਸਿੰਗਿੰਗ ਦਾ ਤਾਂ ਕੋਈ ਜਵਾਬ ਹੀ ਨਹੀਂ। ਲੇਕਿਨ ਫਿਰ ਵੀ ਮੈਂ ਹਮੇਸ਼ਾ ਦੀ ਤਰ੍ਹਾਂ ਸ਼ਾਇਰੀ ਵਾਸਤੇ ਸਾਰਿਆਂ ਤੋਂ ਜ਼ਿਆਦਾ ਐਕਸਾਈਟਿਡ ਹਾਂ। ਮਿਊਜ਼ਿਕ ਜਿਹੜਾ ਉਹ ਬੀਟ ਮਿਨਿਸਟਰ ਦਾ ਹੈ, ਅਤੇ ਆਓ ਪਹਿਲਾਂ ਗਾਣਾ ਸੁਣਨੇ ਆ, ਫਿਰ ਕੋਈ ਹੋਰ ਗੱਲ ਕਰਾਂ ਦੇ ਗਾਣੇ ਦੇ ਬਾਰੇ ਵਿੱਚ। ਲੇਕਿਨ ਪਲੀਜ਼ ਸਬਸਕ੍ਰਾਈਬ ਕਰ ਦਿਓ, 2 ਸੈਕਿੰਡ ਦਾ ਕੰਮ ਹੈ, ਪਲੀਜ਼। ਮਿਊਜ਼ਿਕ ਸਮਝੋ ਕਿ ਰੱਬ ਨੇ ਸੁਖਾਲੇ ਕਰਤੇ, ਜਿਹਨੇ ਹੱਥੀ ਮੰਗਿਆ ਦੁਆਵਾਂ ਉਹੀ ਹੱਥ ਅੱਜ ਸੁੱਖ ਨਾਲ ਦਾਨ ਦੇਣ ਵਾਲੇ ਕਰਤੇ। ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ, ਹੋਰਾਂ ਦੀ ਹਮਾਇਤ ਜਦੋਂ ਕਰਨ ਲੱਗੋ ਤਾਂ ਉਦੋਂ ਸਮਝੋ ਕਿ ਦਾਤਾ ਨੇ ਸੁਖਾਲੇ ਕਰਤੇ। ਬਹੁਤ ਜ਼ਬਰਦਸਤ ਗੱਲ ਹੈ, ਜੇ ਬੰਦਾ ਸੋਚੇ ਤਾਂ ਬਹੁਤ ਗਹਿਰੀ ਗੱਲ, ਬਹੁਤ ਕਰੀ ਜਾਂਦੇ ਨੇ ਸਤਿੰਦਰ ਸਰਤਾਜ ਜੀ। ਪਤਾਸੇ ਆਉਂਦੇ ਆ ਉਹੀ ਗੱਲਾਂ
ਮੈਂ ਐਕਚੁਲੀ ਨਾ ਇੱਕ ਗੱਲ ਕਹਿਣਾ ਚਾਹੁੰਦਾ ਕਿ ਸਤਿੰਦਰ ਸਰਤਾਜ ਜੀ ਐਕਚੁਲੀ ਪੰਜਾਬੀ ਮਿਊਜ਼ਿਕ 'ਤੇ ਇੱਕ ਨਹਿਮਤ ਨੇ, ਇੱਕ ਖੁਦਾ ਦੀ ਤਰਫੋਂ ਇਨਾਮ ਨੇ। ਇਹ ਜਿਹੜਾ ਗਾਣਾ ਸੀ ਐਕਚੁਲੀ, ਮਤਲਬ ਐਕਚੁਲੀ ਗਾਣਾ ਨਹੀਂ ਸੀ ਇਹ, ਤੁਸੀਂ ਕਹਿ ਸਕਦੇ ਹੋ ਕਿ ਖੁਦਾ ਦਾ ਜਿਹੜਾ ਪੈਗਾਮ ਹੈ ਸਾਰਿਆਂ ਤੋਂ ਵੱਡਾ ਉਹ ਹੀ ਪੇਸ਼ ਕਰ ਦਿੱਤਾ ਗਿਆ ਸੀ। ਅਤੇ ਜੇ ਕੋਈ ਖੁਦਾ ਹੈ ਤਾਂ ਉਹਦਾ ਐਕਚੁਲੀ ਪੈਗਾਮ ਇਹ ਹੀ ਹੈ ਕਿ ਦੂਸਰਿਆਂ ਦੀ ਹਮਾਇਤ, ਦੂਸਰਿਆਂ ਦੀ ਮਦਦ, ਦੂਸਰਿਆਂ ਦੀ ਪਰਵਾਹ ਕਰਨਾ। ਐਕਚੁਲੀ ਹਰ ਵੀਡੀਓ ਦੇ ਐਂਡ 'ਤੇ ਮੈਂ ਤੁਹਾਨੂੰ ਵੀ ਇਹੀ ਕਹਿੰਦਾ, ਇਹ ਪੈਗਾਮ ਦੇਣ ਦੀ ਕੋਸ਼ਿਸ਼ ਕਰਨਾ ਹਰ ਵੀਡੀਓ ਦੇ ਐਂਡ 'ਤੇ। ਅਸੀਂ ਸਾਡੇ 'ਚ ਕੋਈ ਸਾਰਾ ਪਰਫੈਕਟ ਤਾਂ ਹੋ ਨਹੀਂ ਸਕਦਾ ਨਾ ਹੈ, ਲੇਕਿਨ ਜਿਤਨੀ ਅਸੀਂ ਕੋਸ਼ਿਸ਼ ਕਰ ਸਕਦੇ ਹਾਂ ਸਾਨੂੰ ਕਰਦਿਆਂ ਰਹਿਣਾ ਚਾਹੀਦਾ। ਅਤੇ ਇਹ ਜਿਹੜਾ ਐਕਚੁਲੀ ਸਬਜੈਕਟ ਹੈ, ਜਿਹੜਾ ਮੌਜੂ ਹੈ, ਜਿਹੜਾ ਜਿਸ 'ਤੇ ਉਹਨਾਂ ਨੇ ਗਾਣਾ ਬਣਾਇਆ, ਸਤਿੰਦਰ ਸਰਤਾਜ ਜੀ ਨੇ ਮਤਲਬ ਸ਼ਾਇਰੀ ਕੀਤੀ ਹੈ, ਮਿਊਜ਼ਿਕ ਸਭ ਕੁਛ, ਇਹ ਅਮੂਮਨ ਗਾਣਿਆਂ ਦਾ ਮੌਜੂ ਹੁੰਦਾ ਨਹੀਂ ਹੈ। ਅਤੇ ਸਤਿੰਦਰ ਸਰਤਾਜ ਜੀ ਦਾ ਕਮਾਲ ਹੈ ਕਿ ਉਹਨਾਂ ਨੇ ਉਸਨੂੰ ਗਾਣੇ ਦੀ ਸ਼ਕਲ ਵੀ ਦਿੱਤੀ ਹੈ, ਪੈਗਾਮ ਵੀ ਪਹੁੰਚਾ ਦਿੱਤਾ ਹੈ, ਅਤੇ ਲੋਕ ਪਸੰਦ ਵੀ ਕਰ ਰਹੇ ਨੇ। ਮਤਲਬ ਕਿ ਅਮੂਮਨ ਜਿਹੜੇ ਗਾਣੇ ਥੋੜ੍ਹੇ ਪ੍ਰੀਚ ਵਾਲੇ ਹੁੰਦੇ ਨਾ, ਜਿਹਦੇ ਵਿੱਚ ਮਤਲਬ ਨਸੀਹਤਾਂ ਕੀਤੀਆਂ ਜਾਂਦੀਆਂ ਨੇ, ਇਹੋ ਜਿਹੀਆਂ ਚੀਜ਼ਾਂ ਨੂੰ ਲੋਕ ਜ਼ਿਆਦਾ ਪਸੰਦ ਨਹੀਂ ਕਰਦੇ, ਕਿਉਂਕਿ ਉਹਦੇ 'ਚ ਇੰਟਰਟੇਨਮੈਂਟ ਵੈਲਿਊ ਬਹੁਤ ਘੱਟ ਹੁੰਦੀ ਹੈ। ਲੇਕਿਨ ਸਤਿੰਦਰ ਸਰਤਾਜ ਜੀ ਦੀ ਹੋਬੀ ਹੈ ਕਿ ਉਹ ਤੁਹਾਨੂੰ ਮਤਲਬ ਇਸ ਤਰ੍ਹਾਂ ਦਵਾਈ ਵੀ ਦਿੰਦੇ ਨੇ, ਲੇਕਿਨ ਬਹੁਤ ਮਿੱਠੀ ਦਵਾਈ ਕਹਿੰਦੇ, ਮਤਲਬ ਮਿੱਠਾ ਰੈਪਰ ਵਿੱਚ, ਅਤੇ ਉਹ ਦਿਲ ਨੂੰ ਚੰਗੀ ਲੱਗਦੀ ਹੈ। ਅਤੇ ਇਹ ਬਹੁਤ ਇੰਪੋਰਟੈਂਟ ਅਤੇ ਬਹੁਤ ਹੀ ਖੂਬਸੂਰਤ ਮੈਸੇਜ ਸੀ ਇਸ ਵੀਡੀਓ ਦਾ। ਇਹਦੇ ਤੋਂ ਐਕਚੁਲੀ ਮੈਨੂੰ ਨਾ ਇੱਕ ਗੱਲ ਯਾਦ ਆ ਗਈ, ਐਕਚੁਲੀ ਮੈਂ ਪੜ੍ਹੀ ਸੀ ਉਰਦੂ ਲਿਟਰੇਚਰ 'ਚ ਇੱਕ ਬਹੁਤ ਵੱਡਾ ਨਾਂ ਨੇ ਇਸ਼ਫਾਕ ਅਹਿਮਦ ਸਾਹਿਬ, ਜਿਹੜੇ ਪਾਕਿਸਤਾਨੀ ਨੇ ਉਹਨਾਂ ਨੂੰ ਜ਼ਰੂਰ ਜਾਣਦੇ ਹੋਣਗੇ, ਜਿਹੜੇ ਉਰਦੂ ਪੜ੍ਹਦੇ ਨੇ ਉਰਦੂ ਜਾਣਦੇ ਨੇ, ਪੰਜਾਬੀ ਸਾਡੇ ਭਰਾ ਸ਼ਾਇਦ ਜ਼ਿਆਦਾ ਨਹੀਂ ਜਾਣਦੇ ਹੋਣੇ, ਕਿਉਂਕਿ ਉਹ ਪਾਕਿਸਤਾਨੀ ਰਾਈਟਰ ਸੀ, ਉਰਦੂ ਵਿੱਚ ਲਿਖਦੇ ਸੀ, ਅਤੇ ਜ਼ਾਹਿਰ ਉਰਦੂ ਵਿੱਚ ਤੁਸੀਂ ਪੜ੍ਹ ਨਹੀਂ ਸਕਦੇ, ਲੇਕਿਨ ਬਹੁਤ ਵੱਡਾ ਨਾਂ ਸੀ ਉਰਦੂ ਲਿਟਰੇਚਰ 'ਚ। ਉਹਨਾਂ ਨੇ ਆਪਣੇ ਕੁਛ ਜ਼ਾਹਿਰ ਵਾਕਿਆਤ ਵਗੈਰਾ ਸ਼ੇਅਰ ਕਰਦੇ ਰਹਿੰਦੇ ਸੀ, ਉਹਨਾਂ ਨੂੰ ਦਾਸਤਾਨ ਗੋ ਵੀ ਕਹਿੰਦੇ ਸੀ, ਕਿਉਂਕਿ ਉਹਨਾਂ ਨੇ ਬਹੁਤ ਵੱਡਾ ਟੀਵੀ 'ਤੇ ਵੀ ਅਤੇ ਰੇਡੀਓ 'ਤੇ ਪ੍ਰੋਗਰਾਮ ਕਰਦੇ ਹੁੰਦੇ ਸੀ, ਜਿਹਦੇ 'ਚ ਬਸ ਆਪਣੀਆਂ ਗੱਲਾਂ, ਆਪਣੀ ਜ਼ਿੰਦਗੀ ਦੇ ਤਜਰਬਾਤ ਸ਼ੇਅਰ ਕਰਦੇ ਹੁੰਦੇ ਸੀ। ਅਤੇ ਉਹਦੇ 'ਚ ਉਹਨਾਂ ਨੇ ਦੱਸਿਆ ਕਿ ਉਹ ਜ਼ਾਹਿਰ ਹੈ ਜਿਸ ਤਰ੍ਹਾਂ ਤੁਸੀਂ ਵੱਡੇ ਬਜ਼ੁਰਗਾਂ ਕੋਲ ਬਹਿੰਦੇ ਸ਼ਹਿੰਦੇ ਹੋ ਆਪਣੇ ਮੁਹੱਲੇ ਵਿੱਚ, ਆਪਣੇ ਪਿੰਡ ਵਿੱਚ, ਇਸ ਤਰ੍ਹਾਂ ਉਹ ਕਿਸੇ ਬਜ਼ੁਰਗ ਕੋਲ ਜਾ ਕੇ ਬਹਿੰਦੇ ਹੁੰਦੇ ਸੀ, ਸ਼ਾਮ ਨੂੰ ਜਿਸ ਤਰ੍ਹਾਂ ਲੋਕ ਫਾਰਗ ਹੁੰਦੇ ਨੇ ਆ ਕੇ ਸਾਰੇ ਬਹਿ ਜਾਂਦੇ ਸੀ, ਉੱਥੇ ਬਹਿ ਕੇ ਗੱਪ ਸ਼ੱਪ, ਗੱਲਬਾਤ ਜੋ ਕੁਛ ਵੀ ਉਹ ਚੱਲਦਾ ਸੀ। ਅਤੇ ਉਹ ਕਹਿ ਰਿਹਾ ਕਿ ਇੱਕ ਵਾਰੀ ਅਸੀਂ ਕਿਸੇ ਜਗ੍ਹਾ 'ਤੇ ਜਾ ਰਹੇ ਸੀ, ਅਤੇ ਇੱਕ ਰਿਕਸ਼ੇ ਵਾਲਾ ਸੀ ਜਿਹਨੇ ਮਤਲਬ ਇੱਕ ਜਗ੍ਹਾ ਤੋਂ ਲੈ ਕੇ ਸਾਨੂੰ ਦੂਸਰੀ ਜਗ੍ਹਾ 'ਤੇ ਪਹੁੰਚਾਇਆ, ਅਤੇ ਮੈਂ ਜਿਸ ਲਈ ਉਹਨੂੰ ਪੈਸੇ ਦੇਣ ਲੱਗਿਆ ਮੈਂ ਉਹਨੂੰ, ਅਤੇ ਮੈਂ ਕੁਛ ਪੈਸੇ ਉਹਨੂੰ ਫਾਲਤੂ ਹੀ ਦਿੱਤੇ ਸਾਰੇ, ਬਹੁਤ ਪੁਰਾਣੀ ਗੱਲ ਹੈ, ਜਿਸਲੇ ਮਤਲਬ 60s 70s ਦੀ ਗੱਲ ਹੈ। ਅਤੇ ਕਹਿੰਦੇ ਨੇ ਕਿ ਮੈਂ ਉਹਨੂੰ ਪੈਸੇ ਥੋੜ੍ਹੇ ਜ਼ਿਆਦਾ ਦਿੱਤੇ, ਲੇਕਿਨ ਜਿਸਲੇ ਰਿਕਸ਼ੇ ਤੋਂ ਢਲਣ ਲਿਆ ਤਾਂ ਉਹ ਮੈਨੂੰ ਕਹਿੰਦੇ ਨੇ ਬਜ਼ੁਰਗ ਜਿਹੜੇ ਨਾਲ ਸੀ ਕਿ ਪੈਸੇ ਕਿਤਨੇ ਦਿੱਤੇ ਨੇ, ਮੈਂ ਦੱਸਿਆ ਕਿ ਮੈਂ ਇਤਨੇ ਦਿੱਤੇ ਨੇ, ਮੈਨੂੰ ਯਾਦ ਨਹੀਂ ਐਗਜੈਕਟਲੀ ਕਿਤਨੇ ਸੀ, ਕਹਿ ਲਓ ਕਿ 5 ਰੁਪਏ ਦਿੱਤੇ ਸੀ। ਅਤੇ ਉਹਨਾਂ ਨੇ ਆਖਿਆ ਕਿ ਥੋੜ੍ਹੇ ਜ਼ਿਆਦਾ ਦੇਣੇ ਸੀ ਨਾ, ਅਤੇ ਉਹ ਕਹਿੰਦੇ ਨੇ ਕਿ ਮੈਂ ਉਹਨਾਂ ਨੂੰ ਆਖਿਆ ਕਿ ਮੈਂ ਪਹਿਲਾਂ ਹੀ ਮਤਲਬ ਉਹਦੇ 3 ਰੁਪਏ ਬਣਦੇ ਸੀ, ਮੈਂ ਉਹਨੂੰ 5 ਰੁਪਏ ਦੇ ਰਿਹਾ। ਤਾਂ ਕਹਿੰਦੇ ਨੇ ਚਲੋ
ਆਪਣੇ ਕੋਲੋਂ ਦੇ ਰਿਹਾ, ਰੱਬ ਦੇ ਦਿੱਤੇ ਵਿੱਚ ਹੀ ਦੇਣੇ ਨੇ ਨਾ। ਫਿਰ ਉਹਨਾਂ ਦਾ ਇੱਕ ਹੋਰ ਵਾਕਿਆ ਕਿ ਐਕਚੁਲੀ ਉਹ ਨਮਾਜ਼ ਪੜ੍ਹਨ ਵਾਸਤੇ ਸਾਰੇ ਖੜੇ ਹੋ ਗਏ ਸੀ, ਕਿਉਂਕਿ ਸਾਰੇ ਜਿਸਲੇ ਸਾਰੇ ਬਹਿੰਦੇ ਸੀ ਨਮਾਜ਼ ਦਾ ਟਾਈਮ ਹੁੰਦਾ, ਸਾਰੇ ਉੱਥੇ ਇਕੱਠੇ ਹੋ ਕੇ ਨਮਾਜ਼ ਪੜ੍ਹਦੇ ਸੀ। ਉਹ ਨਮਾਜ਼ ਪੜ੍ਹ ਰਹੇ ਸੀ, ਉਹਨਾਂ ਨਮਾਜ਼ ਮਤਲਬ ਸਟਾਰਟ ਕਰ ਲਈ ਸੀ, ਅਤੇ ਪਿੱਛੋਂ ਬੰਦਾ ਆਇਆ ਸੀ ਜਿਹਨੇ ਆਖਿਆ ਸੀ ਕਿ ਇੱਕ ਹੋਰ ਬੰਦਾ ਜਿਹੜਾ ਪਹਿਲਾਂ ਉਹਨਾਂ ਕੋਲ ਬੈਠਿਆ ਹੁੰਦਾ ਸੀ, ਉਹ ਬਿਮਾਰ ਸੀ, ਕਿ ਉਹਦਾ ਆਖਰੀ ਵਕਤ ਆ ਗਿਆ ਅਤੇ ਉਹ ਤੁਹਾਨੂੰ ਉਸ ਬੁਲਾ ਰਿਹਾ, ਅਤੇ ਉਹਨਾਂ ਨੇ ਨਮਾਜ਼ ਤੋੜ ਦਿੱਤੀ ਸੀ, ਮਤਲਬ ਉਹਨੂੰ ਛੱਡ ਕੇ ਅਤੇ ਉਸ ਬੰਦੇ ਵੱਲ ਤੁਰ ਪਏ ਸੀ ਨਾ। ਅਤੇ ਉਹ ਇਸ਼ਫਾਕ ਅਹਿਮਦ ਸਾਹਿਬ ਕਹਿੰਦੇ ਨੇ ਕਿ ਬਾਅਦ ਸਾਰਿਆਂ ਨੇ ਉਹਨਾਂ ਨੂੰ ਆਖਿਆ ਸੀ ਕਿ ਤੁਸੀਂ ਨਮਾਜ਼ ਤਾਂ ਪੂਰੀ ਕਰ ਸਕਦੇ ਹੋ ਨਾ, ਮਤਲਬ ਨਮਾਜ਼ ਤੁਸੀਂ ਰੱਬ ਵਾਸਤੇ ਪੜ੍ਹ ਰਹੇ ਹੋ, ਇੱਥੇ ਇੱਕ ਬੰਦੇ ਦੀ ਗੱਲ ਸੀ। ਅਤੇ ਉਹਨਾਂ ਨੇ ਆਖਿਆ ਸੀ ਕਿ ਨਮਾਜ਼ ਦੀ ਕਜ਼ਾ ਹੈ, ਖਿਦਮਤ ਦੀ ਕਜ਼ਾ ਨਹੀਂ ਹੈ। ਮਤਲਬ ਨਮਾਜ਼ ਕਜ਼ਾ ਦਾ ਮਤਲਬ ਸ਼ਾਇਦ ਹਰ ਇੱਕ ਨੂੰ ਨਾ ਪਤਾ, ਕਜ਼ਾ ਦਾ ਮਤਲਬ ਹੈ ਕਿ ਨਮਾਜ਼ ਟਾਈਮ ਤੋਂ ਬਾਅਦ ਪੜ੍ਹੀ ਜਾ ਉਹਨੂੰ ਕਜ਼ਾ ਕਰਦੇ ਨੇ, ਕਿ ਤੁਸੀਂ ਪੜ੍ਹ ਤਾਂ ਲਈਏ ਨਾ ਕਿਸੇ ਨਾ ਕਿਸੇ ਤਰ੍ਹਾਂ, ਮਤਲਬ ਕਿਸੇ ਮਜਬੂਰੀ ਦੇ ਤਹਿਤ ਟਾਈਮ 'ਤੇ ਅਦਾ ਨਹੀਂ ਕਰ ਸਕਦੇ, ਟਾਈਮ 'ਤੇ ਨਹੀਂ ਪੜ੍ਹ ਸਕੇ, ਅਤੇ ਤੁਸੀਂ ਬਾਅਦ 'ਚ ਪੜ੍ਹ ਲਓ, ਉਹਨੂੰ ਕਜ਼ਾ ਕਹਿੰਦੇ ਨੇ। ਅਤੇ ਉਹ ਕਹਿ ਰਹੇ ਕਿ ਨਮਾਜ਼ 'ਤੇ ਕਜ਼ਾ ਹੋ ਸਕਦੀ ਹੈ, ਲੇਕਿਨ ਜਿਹੜੀ ਖਿਦਮਤ ਹੈ, ਜਿਹੜਾ ਮੈਂ ਮਤਲਬ ਕਿਸੇ ਦੀ ਹਮਾਇਤ ਕਰ ਸਕਦਾ ਸੀ, ਉਹ ਜੇ ਮੈਂ ਕਰ ਦਿੱਤਾ ਤਾਂ ਉਹਦੀ ਕੋਈ ਕਜ਼ਾ ਨਹੀਂ ਹੈ। ਅਤੇ ਇੱਥੇ ਅਲਾਮਾ ਇਕਬਾਲ ਜਿਨ੍ਹਾਂ ਨੇ ਲਿਖਿਆ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਮਾਰਾ, ਉਹਨਾਂ ਦਾ ਇੱਕ ਸ਼ੇਅਰ ਮੈਨੂੰ ਯਾਦ ਆ ਗਿਆ। ਉਹ ਕਹਿੰਦੇ ਨੇ ਕਿ ਦਰਦ ਦਿਲ ਕੇ ਵਾਸਤੇ ਪੈਦਾ ਕੀਆ ਇਨਸਾਨ ਕੋ, ਵਰਨਾ ਤਾਕਤ ਕੇ ਲੀਏ ਕੁਛ ਕੰਮ ਨਾ ਥੇ ਕਰੋ ਬਿਆਂ। ਇਹਦਾ ਮਤਲਬ ਹੈ ਕਿ ਦਰਦ ਦਿਲ ਵਾਸਤੇ ਇਨਸਾਨ ਨੂੰ ਪੈਦਾ ਕੀਤਾ ਗਿਆ, ਅਗਰ ਸਿਰਫ ਮਕਸਦ ਹੁੰਦਾ ਕਿ ਤੁਸੀਂ ਮੇਰੀ ਮਤਲਬ ਇਬਾਦਤ ਕਰਦੇ ਰਹੋ, ਅਤੇ ਫਿਰ ਉਹਦੇ ਵਾਸਤੇ ਫਰਿਸ਼ਤੇ ਹੀ ਕਾਫੀ ਸੀ, ਉਹਦੇ ਵਾਸਤੇ ਇਨਸਾਨ ਦੀ ਜ਼ਰੂਰਤ ਨਹੀਂ ਸੀ। ਇਨਸਾਨ ਦੀ ਜ਼ਰੂਰਤ ਇਸ ਵਾਸਤੇ ਕਿ ਇਨਸਾਨ ਇੱਕ ਦੂਜੇ ਨਾਲ ਕਿਸ ਤਰ੍ਹਾਂ ਦਾ ਵਰਤਾਓ ਕਰਦਾ, ਕਿਉਂਕਿ ਅਸੀਂ ਸਾਰੇ ਖੁਦਾ ਦੀ ਮਹਿਲੂਕ ਹਾਂ, ਚਾਹੇ ਕਿਸੇ ਵੀ ਮਜ਼ਹਬ ਨਾਲ, ਕਿਸੇ ਵੀ ਨੈਸ਼ਨੈਲਿਟੀ ਨਾਲ, ਕਿਸੇ ਵੀ ਮਤਲਬ ਗਰੁੱਪ ਨਾਲ ਸਾਡਾ ਤਲਕ ਹੋਵੇ, ਸਾਡਾ ਰੰਗ ਜਿਹੋ ਜਿਹਾ ਵੀ ਹੋਵੇ, ਕੋਈ ਗੋਰਾ ਹੈ, ਕੋਈ ਕਾਲਾ ਹੈ, ਕੋਈ ਬਰਾਊਨ ਹੈ, ਕੋਈ ਮਤਲਬ ਵਟ ਐਵਰ, ਜਿਸ ਮੁਲਕ ਨਾਲ ਵੀ ਹੋ, ਸਾਰੇ ਇਨਸਾਨ ਨੇ, ਅਤੇ ਉਸ ਹਿਸਾਬ ਨਾਲ ਹਰ ਇੱਕ ਇਨਸਾਨ ਬਰਾਬਰ ਹੈ। ਅਤੇ ਉਹਨੂੰ ਹਮੇਸ਼ਾ ਇਸ ਤਰ੍ਹਾਂ ਹੀ ਦੇਖਣਾ ਚਾਹੀਦਾ ਹੈ ਕਿ ਜਿਸ ਵੇਲੇ ਇਨਸਾਨ ਕਿਸੇ ਮਜਬੂਰੀ 'ਚ, ਕਿਸੇ ਵੀ ਇਹੋ ਜਿਹੇ ਹਾਲਾਤ ਵਿੱਚ ਜਿੱਥੇ ਜ਼ਰੂਰਤ ਹੈ, ਅਤੇ ਜੇ ਤੁਸੀਂ ਕਰ ਸਕਦੇ ਹੋ ਆਪਣੀ ਹੈਲਪ ਜ਼ਰੂਰ ਕਰੋ। ਜ਼ਾਹਰ ਹੈ ਸਾਡੇ ਵਿੱਚੋਂ ਹਰ ਇੱਕ ਬੰਦਾ ਹਰ ਇੱਕ ਦੀ ਹੈਲਪ ਨਹੀਂ ਕਰ ਸਕਦਾ, ਲੇਕਿਨ ਜਿੱਥੋਂ ਤੱਕ ਗੁੰਜਾਇਸ਼ ਹੁੰਦੀ ਹੈ, ਜਿਸ ਤੱਕ ਬੰਦਾ ਕਰ ਸਕਦਾ, ਇਨਸਾਨੀਅਤ ਦੇ ਨਾਤੇ ਹਮੇਸ਼ਾ ਮਦਦ ਕਰਦੇ ਰਹਿਣਾ ਚਾਹੀਦਾ। ਅਤੇ ਇਹ ਗੱਲਾਂ ਐਕਚੁਲੀ ਜਿਹੜੀਆਂ ਨੇ ਮਤਲਬ ਅਸੀਂ ਕੋਈ ਨਵੀਆਂ ਗੱਲਾਂ ਨਹੀਂ, ਐਕਚੁਲੀ ਤੁਸੀਂ ਵੀ ਸੁਣੀਆਂ ਨੇ, ਮੈਂ ਵੀ ਸੁਣੀਆਂ ਨੇ। ਸਾਡੇ ਭਾਵੇਂ ਜਿਹੜਾ ਵੀ ਮਜ਼ਹਬ ਹੈ, ਐਕਚੁਲੀ ਉਹ ਇਸ ਗੱਲ ਦੀ ਹਮੇਸ਼ਾ ਤਾਲੀਮ ਦਿੰਦਾ ਰਹਿੰਦਾ, ਇਸੇ ਗੱਲ ਦੀ ਤਬਲੀਗ ਕਰਦਾ ਰਹਿੰਦਾ। ਸਿੱਖਇਜ਼ਮ ਵਿੱਚ ਵੀ ਜਿਹੜੇ ਗੁਰੂ ਜੀ ਨੇ, ਉਹਨਾਂ ਨੇ ਕਿਉਂਕਿ ਮੈਂ ਤੁਹਾਡੇ ਕੋਲ ਸਿੱਖਿਆ ਕਿ ਉਹਨਾਂ ਨੇ ਆਖਿਆ ਕਿ ਸਾਰੇ ਬਰਾਬਰ ਨੇ, ਸਾਰੇ ਮਤਲਬ ਇਨਸਾਨ ਬਰਾਬਰ ਨੇ, ਇਸ ਵਾਸਤੇ ਸਾਰੇ ਜੱਟ ਨੇ, ਸਾਰੇ ਸਰਦਾਰ ਨੇ, ਸਾਰੇ ਬਰਾਬਰ ਨੇ। ਅਤੇ ਇੱਕ ਦੂਸਰੇ ਦੀ ਮਦਦ ਦੇ ਹਵਾਲੇ ਨਾਲ ਵੀ ਉਹਨਾਂ ਨੇ ਐਸੀ ਐਸੀਆਂ ਗੱਲਾਂ ਆਖੀਆਂ ਨੇ, ਉਹਨਾਂ ਐਸਾ ਐਸਾ ਮੁਕਾਮ ਦੱਸਿਆ ਉਸ ਬੰਦੇ ਦਾ ਜਿਹੜਾ ਹੈਲਪ ਕਰਦਾ ਹੈ, ਜੇ ਇਨਸਾਨ ਉਹਦੇ 'ਤੇ ਅਮਲ ਕਰੇ ਤਾਂ ਦੁਨੀਆ ਇੱਕ ਕਿਸਮ ਦੀ ਜੰਨਤ ਮਤਲਬ ਬਣ ਜਾਏ। ਇਹ ਹਿਸਾਬ ਇਸਲਾਮ ਵਿੱਚ ਹੈ, ਅਤੇ ਇਹ ਦੂਸਰੇ ਮਜ਼ਾਹਬ ਵਿੱਚ ਵੀ, ਚਾਹੇ ਉਹ ਹਿੰਦੂਇਜ਼ਮ ਹੋਵੇ, ਈਸਾਈਅਤ ਹੋਵੇ ਜਾਂ ਯਹੂਦੀਅਤ ਹੋਵੇ, ਕਿਸੇ ਮਜ਼ਹਬ ਵਿੱਚ ਵੀ ਇਹ ਹੈ ਕਿ ਇਨਸਾਨ ਨੂੰ ਤੁਸੀਂ ਹਮੇਸ਼ਾ ਅੱਗੇ ਰੱਖਣਾ ਹੈ। ਲੇਕਿਨ ਲੋਕ ਉਹਨੂੰ ਉਸ ਤਰ੍ਹਾਂ ਸ਼ਾਇਦ ਸਮਝਦੇ ਨਹੀਂ ਹੈ, ਉਹਦੇ ਵਿੱਚ ਥੋੜ੍ਹਾ ਕਹਿ ਸਕਦੇ ਹੋ ਕਿ ਤੁਸੀਂ ਜਿਹੜਾ ਆਪਣੇ ਜ਼ਾਤ ਦੀ, ਆਪਣੇ ਗਰੁੱਪ ਦੀ, ਆਪਣੇ ਮਜ਼ਹਬ ਦੀ ਅਹਿਮੀਅਤ ਹੈ ਉਹਨੂੰ ਜ਼ਿਆਦਾ ਉੱਚਾ ਕਰਨ ਵਾਸਤੇ ਅਸੀਂ ਜਿਹੜਾ ਅਸਲ ਮਜ਼ਹਬ ਹੈ, ਅਸਲ ਮਜ਼ਹਬ ਦਾ ਪੈਗਾਮ ਹੈ, ਉਹਨੂੰ ਭੁੱਲ ਜਾਂਦੇ ਹਾਂ। ਹੈ ਇਹ ਇੱਕ ਬਹੁਤ ਵੱਡਾ ਟੋਪਿਕ ਹੈ ਜਿਹਦੇ 'ਤੇ ਬਹੁਤ ਵੱਡੀ ਗੱਲ ਹੋ ਸਕਦੀ ਹੈ, ਲੇਕਿਨ ਅਸੀਂ ਕਿਉਂਕਿ ਅੱਜ ਸਿਰਫ ਇਸ ਗਾਣੇ ਦੇ ਹਵਾਲੇ ਨਾਲ ਗੱਲ ਕਰ ਰਹੇ ਹਾਂ, ਥੋੜ੍ਹਾ ਮੈਂ ਵੀ ਜ਼ਰਾ ਜਜ਼ਬਾਤ ਹੀ ਪੈ ਗਿਆ, ਤਾਂ ਜ਼ਿਆਦਾ ਗੱਲਾਂ ਹੋ ਗਈਆਂ ਨੇ, ਐਕਸਟ੍ਰੀਮਲੀ ਸੋਰੀ। ਤੁਸੀਂ ਮੈਨੂੰ ਜ਼ਰੂਰ ਐਕਚੁਲੀ ਕਮੈਂਟ ਸੈਕਸ਼ਨ 'ਚ ਦੱਸਣਾ ਕਿ ਤੁਹਾਡਾ ਇਸ ਗਾਣੇ ਦੇ ਬਾਰੇ ਵਿੱਚ ਅਤੇ ਇਸ ਗਾਣੇ ਦੇ ਮੈਸੇਜ ਦੇ ਬਾਰੇ 'ਚ ਕੀ ਖਿਆਲ ਹੈ। ਮੈਨੂੰ ਤਾਂ ਪੈਗਾਮ ਜਿਹੜਾ ਬਹੁਤ ਹੀ ਖੂਬਸੂਰਤ, ਬਹੁਤ ਹੀ ਸ਼ਾਨਦਾਰ ਲੱਗਿਆ। ਮੈਂ ਜਾ ਕੇ ਮਤਲਬ 2-3 ਵਜੇ ਤੱਕ ਹੋਣ ਹੀ ਫੌਰੀ ਤੌਰ 'ਤੇ ਜਾ ਕੇ ਜ਼ਰੂਰ ਗਾਣੇ ਨੂੰ ਸੁਣਾਂ ਦਾ, ਕਿਉਂਕਿ ਗਾਣੇ 'ਤੇ ਸਿਰਫ ਇਹ ਨਹੀਂ ਕਿ ਪੈਗਾਮ ਬਹੁਤ ਅੱਛਾ ਹੈ, ਗਾਣੇ ਦੀ ਜਿਹੜੀ ਟਿਊਨ ਹੈ, ਜਿਹੜੀ ਕਹਿ ਸਕਦੇ ਕੰਪੋਜੀਸ਼ਨ, ਉਹ ਵੀ ਬਹੁਤ ਜ਼ਬਰਦਸਤ ਹੈ, ਬਹੁਤ ਮਿੱਠੀ ਹੈ, ਬਹੁਤ ਮਜ਼ੇਦਾਰ ਹੈ। ਅਤੇ ਮੈਨੂੰ ਇਸ ਗਾਣੇ ਦੀ ਸਪੈਸ਼ਲੀ ਕਿ ਜਿਹੜੀ ਸ਼ਾਇਰੀ ਦੇ ਵਾਲੇ ਨਾਲ ਗੱਲ ਜ਼ਿਆਦਾ ਸ਼ਾਇਰੀ 'ਤੇ ਅਸੀਂ ਗੱਲ ਕਰ ਚੁੱਕੇ ਹਾਂ, ਲੇਕਿਨ ਜਿਸ ਤਰ੍ਹਾਂ ਤੁਸੀਂ ਕਹਿ ਸਕਦੇ ਹੋ ਕਿ ਰਾਇਮ ਕੀਤਾ ਗਿਆ, ਉਹਨਾਂ ਨੂੰ ਕਾਫੀ ਹਾਲੇ ਦੀ ਮਿਲਾਇਆ ਗਿਆ, ਉਹ ਵੀ ਬਹੁਤ ਖੂਬਸੂਰਤ ਸੀ, ਬਹੁਤ ਮਜ਼ਾ ਆਇਆ ਉਹਨੂੰ ਸੁਣ ਕੇ। ਅਤੇ ਮੈਨੂੰ ਯਕੀਨ ਹੈ ਕਿ ਤੁਹਾਨੂੰ ਵੀ ਇਹ ਗਾਣਾ ਮੇਰੇ ਨਾਲ ਸੁਣ ਕੇ ਥੋੜ੍ਹਾ ਮਜ਼ਾ ਆਇਆ ਹੀ ਹੋਏਗਾ। ਜੇ ਤੁਹਾਨੂੰ ਥੋੜ੍ਹਾ ਅੱਛਾ ਲੱਗਿਆ, ਥੋੜ੍ਹਾ ਮਜ਼ਾ ਆਇਆ, ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ, ਇਸ ਵੀਡੀਓ ਨੂੰ ਲਾਈਕ ਕਰੋ, ਅਤੇ ਬੈਲ ਆਈਕੋਨ ਵੀ ਦਬਾ ਦਿਓ। ਤੁਹਾਡੇ ਨਾਲ ਹੁਣ ਮੁਲਾਕਾਤ ਹੋ ਜਾਏ ਅਗਲੀ ਵੀਡੀਓ 'ਚ, ਉਸ ਵੇਲੇ ਤੱਕ ਤੁਸੀਂ ਆਪਣਾ ਬਹੁਤ ਖਿਆਲ ਰੱਖੋ, ਬਹੁਤ ਖੁਸ਼ ਰਹੋ, ਹਮੇਸ਼ਾ ਹੱਸਦੇ ਵਸਦੇ ਰਹੋ, ਅਤੇ ਦੂਸਰਿਆਂ ਦੀ ਮਦਦ ਕਰਦੇ ਰਹੋ, ਅਤੇ ਰੱਬ ਸੋਹਣਾ ਤੁਹਾਡੀ ਮਦਦ ਕਰੇਗਾ, ਤੁਹਾਨੂੰ ਖੁਸ਼ ਰੱਖੇਗਾ।